ਸਰਦਾਰ ਮਨਮੀਤ ਸਿੰਘ ਭੁੱਲਰ ਚੰਗੀ ਪੜ੍ਹਾਈ ਕਰਨ ਤੋਂ ਬਾਅਦ ਸਿਆਸਤ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਦੀ ਲਿਆਕਤ ਨੂੰ ਦੇਖਦਿਆਂ ਹੋਇਆ ਉਸ ਸਮੇਂ ਦੇ ਪ੍ਰੀਮੀਅਰ ਮਾਣਯੋਗ ਐਡ ਸੈਲਮੈਕ ਨੇ ਉਹਨਾਂ ਨੂੰ ਆਪਣੀ ਮਿਨਿਸਟਰੀ ਦੇ ਵਿੱਚ ਫੁੱਲ ਮਿਨਿਸਟਰ ਵਜੋਂ ਸਥਾਨ ਦਿੱਤਾ। ਫੁੱਲ ਫਲੈਜ ਮਿਨਿਸਟਰ ਕੈਬਨਿਟ ਮੰਤਰੀ ਵਜੋਂ ਅਲਬਰਟਾ ਦੇ ਵਿੱਚ ਸਰਵਿਸ ਮਿਨਿਸਟਰ ਤੌਰ 'ਤੇ ਸੇਵਾਵਾਂ ਨਿਭਾ ਰਹੇ ਨੇ, ਜਿਸ ਦੇ ਤਹਿਤ ਉਹਨਾਂ ਨੇ ਕਈ ਅਹਿਮ ਫੈਸਲੇ ਲਏ ਨੇ। ਭੁੱਲਰ ਸਾਹਿਬ, ਜਿਹੜਾ ਤੁਸੀਂ ਹੁਣੇ ਇੱਕ ਬਹੁਤ ਵੱਡਾ ਪ੍ਰੋਜੈਕਟ ਕੰਪਲੀਟ ਕੀਤਾ ਜੋ ਕੌਂਡੋਮੀਨੀਅਮ ਬੋਰਡ ਦੇ ਵਿੱਚ, ਜਿਹੜੀ ਬਹੁਤ ਲੋਕਾਂ ਨੂੰ ਪ੍ਰੋਬਲਮ ਆਉਂਦੀ ਸੀ, ਇੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਅਪਾਰਟਮੈਂਟਸ ਰਹਿੰਦੇ ਨੇ, ਕੌਂਡੋ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਸਨ। ਸਰਦਾਰ ਮਨਮੀਤ ਸਿੰਘ ਭੁੱਲਰ ਨੇ ਉਸਦੀ ਪਹਿਲਕਦਮੀ ਕਰਨ ਦਾ ਇੱਕ ਨਵਾਂ ਰੂਲ ਪੇਸ਼ ਕੀਤਾ ਜੋ ਇੱਥੇ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ ਆ, ਉਹ ਕੀ ਹੈ ਜੋ ਉਹਦੇ ਬਾਰੇ ਸਾਡੇ ਦਰਸ਼ਕਾਂ ਦੱਸੋ। ਸੋ ਜਿਹੜੇ ਸਾਡਾ ਕੌਂਡੋਮੀਨੀਅਮ ਐਕਟ ਆ, ਇਹ ਐਕਚੁਅਲੀ ਐਕਟ ਨੂੰ ਹੁਣ ਚੇਂਜ ਕੀਤਿਆਂ ਨੂੰ ਕੁਛ 11 ਜਾਂ 12 ਸਾਲ ਹੋ ਗਏ ਆ। ਇਹ ਬਹੁਤ ਹੀ ਇੱਕ ਟੈਕਨੀਕਲ ਐਕਟ ਆ, ਬੜੇ ਮੁਸ਼ਕਲ ਆ। ਈਵਨ ਕਈ ਵਕੀਲ ਵੀ ਨਹੀਂ ਮੰਨਦੇ ਪਏ ਯਾਰ ਇਹਨੂੰ ਕਿੱਦਾਂ ਚੇਂਜ ਕਰਨਾ ਚਾਹੀਦਾ। ਸੋ ਇਹ ਸਟੈਪ ਚੱਕਣ ਲਈ ਮੈਂ ਪਹਿਲਾਂ ਦਾ ਡਿਸੀਜਨ ਲਿਆ ਵੀ ਅਸੀਂ ਪੂਰਾ ਐਕਟ ਨੂੰ ਬਦਲਣਾ, ਜਿੱਥੇ ਲੋਕਾਂ ਦੀ ਲੋਕਾਂ ਨੂੰ ਕੋਈ ਡਿਫਿਕਲਟੀ ਆ ਰਹੀ ਆ ਉਹ ਪੀਸਿਸ ਨੂੰ ਆਪਾਂ ਐਡਰੈਸ ਕਰਨਾ ਅਤੇ ਚੇਂਜ ਕਰਨਾ। ਸੋ ਇੱਕ ਅਸੀਂ ਹੁਣ ਫੈਸਲਾ ਲਿਆ ਵਾ ਵੀ ਅਸੀਂ ਇੱਕ ਡਿਸਪਿਊਟ ਰੈਜ਼ੋਲੂਸ਼ਨ ਟੂਲ ਬਣਾਉਣ ਲੱਗੇ ਹਾਂ। ਇਸ ਵੇਲੇ ਮੈਨੂੰ ਰੈਜ਼ੀਡੈਂਟਸ ਦੱਸ ਰਹੇ ਆ ਵੀ ਜਦੋਂ ਉਹਨਾਂ ਦਾ ਕੋਈ ਨਾ ਕੋਈ ਮਸਲਾ ਹੁੰਦਾ ਵਾ ਕੌਂਡੋ ਬੋਰਡ ਨਾਲ ਜਾਂ ਕੋਈ ਹੋਰ ਕੌਂਡੋ ਓਨਰ ਨਾਲ, ਉਹਨਾਂ ਨੂੰ ਕੋਰਟ ਤੱਕ ਜਾਣਾ ਪੈਂਦਾ। ਐਂਡ ਆਪਾਂ ਨੂੰ ਪਤਾ ਹੀ ਆ ਵੀ ਕੋਰਟ ਤੱਕ ਜਾਣ 'ਚ ਬਹੁਤ ਖਰਚਾ ਆ ਜਾਂਦਾ। ਸੋ ਜੇ ਕਿਸੇ ਦਾ ਕੁਛ $500 ਦਾ ਝਗੜਾ ਵਾ ਅਤੇ ਕੋਰਟ ਜਾਂਦੇ ਜਾਂਦੇ ਉਹਨੂੰ ਕੁਛ $4,000-5,000 ਲੱਗ ਜਾਵੇ ਤਾਂ ਅਗਲਾ ਕਹਿੰਦਾ ਛੱਡ ਪਰਾ ਯਾਰ। ਐਂਡ ਸੋ ਅਸੀਂ ਇੱਕ ਡਿਸਪਿਊਟ ਰੈਜ਼ੋਲੂਸ਼ਨ ਟੂਲ ਬਣਾਉਣ ਲੱਗੇ ਹਾਂ ਜਿਹਦੇ ਵਿੱਚ ਤੁਸੀਂ ਛੋਟੀ ਫੀ ਦੇ ਕੇ ਐਂਡ ਜਿਹੜਾ ਤੁਹਾਡਾ ਇਸ਼ੂ ਆ ਉਹ ਇੱਕ ਐਜੂਡੀਕੇਟਰ ਜਾਂ ਟ੍ਰਾਈਬਿਊਨਲ ਦਾ ਮੈਂਬਰ ਸਾਡੇ ਵੱਲੋਂ ਉਸ ਇਸ਼ੂ ਨੂੰ ਸੁਣ ਕੇ ਅਤੇ ਡਿਸੀਜਨ ਲਊਗਾ। ਇਹ ਇੱਕੋ ਹੀ ਅਨਾਊਂਸਮੈਂਟ ਆ ਐਂਡ ਹੋਰ ਕਈ ਅਨਾਊਂਸਮੈਂਟਸ ਮੈਂ ਹੁਣ ਕਰੂੰਗਾ ਅਗਲੇ ਹਫ਼ਤਿਆਂ ਦੇ ਵਿੱਚ। ਕੁਛ 8-9 ਵੱਖਰੀਆਂ ਅਨਾਊਂਸਮੈਂਟ ਸ਼ਾਇਦ ਹੋਵੇ, ਬਟ ਇਹ ਐਕਟ ਨੂੰ ਚੇਂਜ ਕਰਨਾ ਮੈਂ ਸੋਚਦਾ ਵੀ ਇਹ ਬਹੁਤ ਇੰਪੋਰਟੈਂਟ ਐਕਟ ਆ, ਬਿਕੋਜ਼ ਕੁਛ 6 ਲੱਖ ਅਲਬਰਟਨਸ ਕੌਂਡੋਮੀਨੀਅਮ ਬਿਲਡਿੰਗਸ ਵਿੱਚ ਇਸ ਵੇਲੇ ਰਹਿ ਰਹੇ ਆ ਐਂਡ ਇਹਨਾਂ ਦੀ ਐਕਟ ਨੂੰ ਚੇਂਜ ਕਰਨ ਤੋਂ ਬਗੈਰ ਉਹਨਾਂ ਲਈ ਬਹੁਤ ਤਕਲੀਫਾਂ ਆ ਰਹੀਆਂ। ਇਸ ਵੇਲੇ ਕਈ ਮੂਵ ਕਰਦੇ ਆ, ਜਦੋਂ ਮੂਵ ਹੁੰਦੇ ਆ ਨਵੀਂ ਕੌਂਡੋਮੀਨੀਅਮ ਦੇ ਵਿੱਚ, ਸਾਲ ਬਾਅਦ ਜਾਂ 2 ਸਾਲਾਂ ਬਾਅਦ ਉਹਨਾਂ ਦੀ ਜਿਹੜੀ ਫੀਸ ਆ ਕੌਂਡੋਮੀਨੀਅਮ ਦੀ, ਉਹ ਫੀਸ ਹੀ ਕੁਛ 4-5 ਗੁਣਾ ਵੱਧ ਜਾਂਦੀ ਆ। ਐਂਡ ਸੋ ਉਹਦੇ ਵੀ ਕੁਛ ਕਾਰਨ ਆ ਐਂਡ ਉਹ ਜਿਹੜੇ ਕਾਰਨ ਆ ਅਸੀਂ ਉਹਨਾਂ ਨੂੰ ਵੀ ਐਡਰੈਸ ਕਰ ਰਹੇ ਹਾਂ। ਐਂਡ ਇਹ ਖੁਦ ਵੀ ਪੇ ਕਈ ਜਿਹੜੇ ਇੰਡਸਟਰੀ ਦੇ ਮੈਂਬਰ ਆ ਉਹ ਸਾਨੂੰ ਕਹੂਗੇ ਵੀ ਯਾਰ ਤੁਸੀਂ ਸਾਡੇ 'ਤੇ ਬੜਾ ਸਟਰੋਂਗ ਸਟੈਪ ਚੱਕਿਆ, ਪਰ ਮੇਰੇ ਹਿਸਾਬ ਨਾਲ ਜਿਹੜੇ ਆਮ ਅਲਬਰਟਾ ਦੇ ਰੈਜ਼ੀਡੈਂਟਸ ਆ ਆਪਣੀ ਜਿਹੜੀ ਕਮਾਈ ਕਰਕੇ ਕੌਂਡੋਮੀਨੀਅਮ ਲੈਂਦੇ ਆ ਪਰਿਵਾਰਾਂ ਲਈ ਰਹਿਣ ਲਈ, ਉਹਨਾਂ ਲਈ ਇਹ ਕੰਮ ਸੌਖਾ ਹੋਣਾ ਚਾਹੀਦਾ। ਵੱਡੀਆਂ ਕੰਪਨੀਆਂ ਤਾਂ 40-45 ਪੇਜਸ ਦੇ ਕੌਂਟਰੈਕਟ ਵਿੱਚ ਲੋਕਾਂ ਨੂੰ ਕਨਫਿਊਜ਼ ਕਰ ਸਕਦੀਆਂ। ਸੋ ਪਰ ਆਮ ਬੰਦਾ ਤਾਂ ਵਕੀਲਾਂ ਨੂੰ ਅਫੋਰਡ ਨਹੀਂ ਕਰ ਸਕਦਾ ਵੀ ਇੱਕ ਵਕੀਲ ਕੋਲੋਂ ਹਰੇਕ ਕੌਂਟਰੈਕਟ ਉਹ ਦਿਖਾ ਕੇ ਸਾਈਨ ਕਰੇ। ਸੋ ਇਸ ਕਰਕੇ ਅਸੀਂ ਕਾਫੀ ਹੋਰ ਚੇਂਜਸ ਵੀ ਲਿਆ ਰਹੇ ਹਾਂ। ਅਲਬਰਟਾ ਦੇ ਬਹੁਗਿਣਤੀ ਲੋਕ ਕੌਂਡੋਮੀਨੀਅਮ ਦੇ ਵਿੱਚ ਰਹਿੰਦੇ ਨੇ। ਜੋ ਮਨਮੀਤ ਸਿੰਘ ਭੁੱਲਰ ਸਰਵਿਸ ਮਿਨਿਸਟਰ ਅਲਬਰਟਾ ਇਹ ਨਵਾਂ ਕਾਨੂੰਨ ਬਣਾ ਰਹੇ ਨੇ ਲੋਕਾਂ ਦੀ ਸਹੂਲਤ ਵਾਸਤੇ, ਉਸ ਦੇ ਨਾਲ ਲੋਕਾਂ ਨੂੰ ਭਾਰੀ ਲਾਭ ਪਹੁੰਚੇਗਾ ਅਤੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹੋਰ ਕਈ ਅਹਿਮ ਫੈਸਲੇ ਮਾਣਯੋਗ ਮਨਮੀਤ ਸਿੰਘ ਭੁੱਲਰ ਆਪਣੇ ਸਟਾਫ ਦੇ ਨਾਲ ਮਿਲ ਕੇ, ਆਪਣੀ ਸਰਕਾਰ ਦੇ ਨਾਲ ਮਿਲ ਕੇ ਲੋਕਾਂ ਦੀ ਸਹੂਲਤ ਵਾਸਤੇ ਆਉਂਦੇ ਸਮੇਂ ਦੇ ਵਿੱਚ ਕਰਦੇ ਰਹਿਣਗੇ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।